ਕਹਿਣਾ ਚਾਹੋਗੇ? ਦੇਖੋ ਅਸੀਂ ਤਾਂ ਬਾਹਰ ਗਿਆ ਵੀ ਨਹੀਂ ਕਦੇ ਕਹਿੰਦੇ ਸੀ। ਸੰਜੇ ਸਾਡਾ ਭਾਰਤੀ ਜਨਤਾ ਪਾਰਟੀ ਦਾ ਬੜਾ ਕਰਮਠ ਸਿਪਾਹੀ ਆ ਔਰ ਅੱਜ ਤੋਂ ਬਾਅਦ ਡਟ ਕੇ ਇਸ ਇਲਾਕੇ ਦੇ ਵਿੱਚ ਫਿਰ ਭਾਰਤੀ ਜਨਤਾ ਪਾਰਟੀ ਦਾ ਝੰਡਾ ਬੁਲੰਦ ਕਰੂ ਔਰ ਬਹੁਤ ਵਧੀਆ ਢੰਗ ਦੇ ਨਾਲ ਇੱਕ ਅੱਛਾ ਹਜੂਮ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋਇਆ। ਮੈਂ ਇਹਨਾਂ ਨੂੰ ਜੀਆਂ ਆਖਦਾ ਔਰ ਆਸ ਕਰਦਾ ਵੀ ਜਿਸ ਢੰਗ ਦੇ ਨਾਲ ਪਾਰਟੀ ਦੇ ਨਾਲ ਡਟ ਕੇ ਖੜ੍ਹੇ ਰਹੇ ਆ ਅੱਗੇ ਨੂੰ ਵੀ ਡਟ ਕੇ ਪਹਿਰਾਦਾਰੀ ਕਰਨਗੇ। ਅੱਜ ਤਾਂ ਇਹੀ ਦੱਸ ਸਕਦੇ ਕਿੰਨੇ ਸਾਥੀਆਂ ਨਾਲ ਆ ਰਹੇ, ਤੁਸੀਂ ਪੁੱਛ ਲਓ ਇਹਨਾਂ ਨੂੰ। ਦੇਖੋ ਅੱਜ ਬਿਨਾ ਸੱਤਾ 'ਚ ਹੋਣ ਦੇ ਬਾਵਜੂਦ ਅੱਜ ਜੇ ਕੋਈ ਲੋਕਾਂ ਦਾ ਆਪਣਾ ਰੁਝਾਨ ਆ ਵੀ ਉਹ ਕਿਸੇ ਪਾਰਟੀ 'ਚ ਸ਼ਾਮਿਲ ਹੋ ਰਹੇ ਨੇ ਤਾਂ ਉਹ BJP ਆ ਔਰ ਹਜੇ ਵੀ ਸਾਡੇ ਕੋਲ ਬੜੀ ਲੰਬੀ ਲਿਸਟ ਆ ਔਰ ਬੜੀ ਜਲਦੀ ਅਸੀਂ ਇੱਕ ਤੁਹਾਨੂੰ ਧਮਾਕਾ ਪਾਵਾਂਗੇ ਲੁਧਿਆਣੇ 'ਚ ਜਦੋਂ ਲੋਕਲ ਪਾਰਟੀ ਦੇ ਵੀ ਔਰ ਪੁਰਾਣੀਆਂ ਰਵਾਇਤੀਆਂ ਪਾਰਟੀਆਂ ਦੇ ਵੀ ਕਈ ਕੌਂਸਲਰ ਭਾਰਤੀ ਜਨਤਾ ਪਾਰਟੀ ਜੁਆਇਨ ਕਰਨਗੇ। ਸੌ % ਮੇਅਰ ਭਾਰਤੀ ਜਨਤਾ ਪਾਰਟੀ ਦਾ ਬਣੂਗਾ। ਇਹ ਕੰਧ 'ਤੇ ਲਿਖੀ ਵਾਰਤਾ ਜਿਹੜੇ ਹਰ ਇੱਕ ਆਦਮੀ ਪੜ੍ਹ ਰਿਹਾ, ਅੱਜ ਜਨਤਾ ਚਾਹੁੰਦੀ ਆ। ਭਾਰਤੀ ਜਨਤਾ ਪਾਰਟੀ ਵੱਲੋਂ ਮੈਂ ਬਤੌਰ ਪ੍ਰਧਾਨ ਇਹ ਗੱਲ ਕਹਾਂ, ਮੇਰੇ ਤੋਂ ਜ਼ਿਆਦਾ ਅੱਜ ਲੁਧਿਆਣੇ ਦੀ, ਜਲੰਧਰ ਦੀ, ਅੰਮ੍ਰਿਤਸਰ ਦੀ ਜਨਤਾ ਉਹ ਇਹ ਚਾਹੁੰਦੀ ਆ ਕਿ ਮੇਅਰ ਭਾਰਤੀ ਜਨਤਾ ਪਾਰਟੀ ਦਾ ਹੋਵੇ ਤਾਂ ਜੋ ਸਾਨੂੰ ਪਾਰਦਰਸ਼ਤਾ ਮਿਲੇ, ਸਾਨੂੰ ਡਿਵੈਲਪਮੈਂਟ ਮਿਲੇ। ਸਰ ਕਿੰਨੇ ਲੋਕਾਂ ਦੀ ਅੱਜ ਵਾਪਸੀ ਹੋਈ ਹੈ ਪਾਰਟੀ? ਅੱਜ 10-15 ਲੋਕ ਨੇ ਜਿਹੜੇ ਵਾਪਸ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਰਹੇ ਨੇ। ਕੇਬਲ ਆਪਰੇਟਰ ਅੱਜ ਇੱਕ ਆਮ ਜਨਤਾ ਦਾ ਮਾਧਿਅਮ ਆ, ਇੰਟਰਟੇਨਮੈਂਟ ਤੋਂ ਲੈ ਕੇ ਉਹਨਾਂ ਨੂੰ ਹਰ ਜਾਣਕਾਰੀ ਉਪਲਬਧ ਕਰਾਉਣ ਦਾ। ਅੱਜ ਕੇਬਲ ਆਪਰੇਟਰਾਂ ਦੇ ਨਾਲ ਵੀ ਇਹ ਲੋਕ ਧੱਕਾ ਕਰ ਰਹੇ ਨੇ ਔਰ ਬਨਿਸਬਤ ਇਹਦੇ ਆਪਣੇ ਲੋਕ ਖੜ੍ਹੇ ਕਰ ਰਹੇ ਨੇ, ਆਪਣੇ ਲੋਕ ਸਟੈਬਲਿਸ਼ ਕਰ ਰਹੇ ਨੇ। ਦੇਖੋ ਅਸੀਂ ਤਾਂ ਬਾਹਰ ਗਿਆ ਵੀ ਨਹੀਂ ਕਦੇ ਕਹਿੰਦੇ ਸੀ। ਸੰਜੇ ਸਾਡਾ ਭਾਰਤੀ ਜਨਤਾ ਪਾਰਟੀ ਦਾ ਬੜਾ ਕਰਮਠ ਸਿਪਾਹੀ ਆ ਔਰ ਅੱਜ ਤੋਂ ਬਾਅਦ ਡਟ ਕੇ ਇਸ ਇਲਾਕੇ ਦੇ ਵਿੱਚ ਫਿਰ ਭਾਰਤੀ ਜਨਤਾ ਪਾਰਟੀ ਦਾ ਝੰਡਾ ਬੁਲੰਦ ਕਰੂ ਔਰ ਬਹੁਤ ਵਧੀਆ ਢੰਗ ਦੇ ਨਾਲ ਇੱਕ ਅੱਛਾ ਹਜੂਮ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋਇਆ। ਮੈਂ ਇਹਨਾਂ ਨੂੰ ਜੀਆਂ ਆਖਦਾ ਔਰ ਆਸ ਕਰਦਾ ਵੀ ਜਿਸ ਢੰਗ ਦੇ ਨਾਲ ਪਾਰਟੀ ਦੇ ਨਾਲ ਡਟ ਕੇ ਖੜ੍ਹੇ ਰਹੇ ਆ ਅੱਗੇ ਨੂੰ ਵੀ ਡਟ ਕੇ ਪਹਿਰਾਦਾਰੀ ਕਰਨਗੇ। ਅੱਜ ਤਾਂ ਇਹੀ ਦੱਸ ਸਕਦੇ ਕਿੰਨੇ ਸਾਥੀਆਂ ਨਾਲ ਆ ਰਹੇ, ਤੁਸੀਂ ਪੁੱਛ ਲਓ ਇਹਨਾਂ ਨੂੰ। ਦੇਖੋ ਅੱਜ ਬਿਨਾ ਸੱਤਾ 'ਚ ਹੋਣ ਦੇ ਬਾਵਜੂਦ ਅੱਜ ਜੇ ਕੋਈ ਲੋਕਾਂ ਦਾ ਆਪਣਾ ਰੁਝਾਨ ਆ ਵੀ ਉਹ ਕਿਸੇ ਪਾਰਟੀ 'ਚ ਸ਼ਾਮਿਲ ਹੋ ਰਹੇ ਨੇ ਤਾਂ ਉਹ BJP ਆ ਔਰ ਹਜੇ ਵੀ ਸਾਡੇ ਕੋਲ ਬੜੀ ਲੰਬੀ ਲਿਸਟ ਆ ਔਰ ਬੜੀ ਜਲਦੀ ਅਸੀਂ ਇੱਕ ਤੁਹਾਨੂੰ ਧਮਾਕਾ ਪਾਵਾਂਗੇ ਲੁਧਿਆਣੇ 'ਚ ਜਦੋਂ ਲੋਕਲ ਪਾਰਟੀ ਦੇ ਵੀ ਔਰ ਪੁਰਾਣੀਆਂ ਰਵਾਇਤੀਆਂ ਪਾਰਟੀਆਂ ਦੇ ਵੀ ਕਈ ਕੌਂਸਲਰ ਭਾਰਤੀ ਜਨਤਾ ਪਾਰਟੀ ਜੁਆਇਨ ਕਰਨਗੇ। ਸੌ % ਮੇਅਰ ਭਾਰਤੀ ਜਨਤਾ ਪਾਰਟੀ ਦਾ ਬਣੂਗਾ। ਇਹ ਕੰਧ 'ਤੇ ਲਿਖੀ ਵਾਰਤਾ ਜਿਹੜੇ ਹਰ ਇੱਕ ਆਦਮੀ ਪੜ੍ਹ ਰਿਹਾ, ਅੱਜ ਜਨਤਾ ਚਾਹੁੰਦੀ ਆ। ਭਾਰਤੀ ਜਨਤਾ ਪਾਰਟੀ ਵੱਲੋਂ ਮੈਂ ਬਤੌਰ ਪ੍ਰਧਾਨ ਇਹ ਗੱਲ ਕਹਾਂ, ਮੇਰੇ ਤੋਂ ਜ਼ਿਆਦਾ ਅੱਜ ਲੁਧਿਆਣੇ ਦੀ, ਜਲੰਧਰ ਦੀ, ਅੰਮ੍ਰਿਤਸਰ ਦੀ ਜਨਤਾ ਉਹ ਇਹ ਚਾਹੁੰਦੀ ਆ ਕਿ ਮੇਅਰ ਭਾਰਤੀ ਜਨਤਾ ਪਾਰਟੀ ਦਾ ਹੋਵੇ ਤਾਂ ਜੋ ਸਾਨੂੰ ਪਾਰਦਰਸ਼ਤਾ ਮਿਲੇ, ਸਾਨੂੰ ਡਿਵੈਲਪਮੈਂਟ ਮਿਲੇ। ਅੱਜ 10-15 ਲੋਕ ਨੇ ਜਿਹੜੇ ਵਾਪਸ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਰਹੇ ਨੇ। ਕੇਬਲ ਆਪਰੇਟਰ ਅੱਜ ਇੱਕ ਆਮ ਜਨਤਾ ਦਾ ਮਾਧਿਅਮ ਆ, ਇੰਟਰਟੇਨਮੈਂਟ ਤੋਂ ਲੈ ਕੇ ਉਹਨਾਂ ਨੂੰ ਹਰ ਜਾਣਕਾਰੀ ਉਪਲਬਧ ਕਰਾਉਣ ਦਾ। ਅੱਜ ਕੇਬਲ ਆਪਰੇਟਰਾਂ ਦੇ ਨਾਲ ਵੀ ਇਹ ਲੋਕ ਧੱਕਾ ਕਰ ਰਹੇ ਨੇ ਔਰ ਬਨਿਸਬਤ ਇਹਦੇ ਆਪਣੇ ਲੋਕ ਖੜ੍ਹੇ ਕਰ ਰਹੇ ਨੇ, ਆਪਣੇ ਲੋਕ ਸਟੈਬਲਿਸ਼ ਕਰ ਰਹੇ ਨੇ।